ਇੰਡੀਆ ਨਿਊਜ਼ ਸ਼ੁਰੂਆਤ ਕਰਾਂਗੇ ਇਸ ਵੇਲੇ ਦੀ ਇੱਕ ਵੱਡੀ ਖਬਰ ਦੇ ਨਾਲ। ਵੱਡੀ ਖਬਰ ਹੈ ਕਿ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਮੋਹਾਲੀ ਦੇ ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ ਵਿਖੇ ਸ਼ੁਰੂਆਤ ਕਰ ਦਿੱਤੀ ਗਈ ਹੈ। ਸਮਿਟ ਦੇ ਵਿੱਚ ਕਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਨੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ 'ਚ ਆਉਣ ਵਾਲੀ ਇੰਡਸਟਰੀ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਕੈਪਟਨ ਨੇ ਗੈਂਗਸਟਰਾਂ ਨੂੰ ਵੀ ਧਮਕੀ ਦਿੱਤੀ ਹੈ ਕਿ ਬੰਦੇ ਬਣ ਜਾਓ ਨਹੀਂ ਤਾਂ ਬਣਾ ਦੇਵਾਂਗੇ। ਸੋ ਸਰਕਾਰ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੀ ਸ਼ੁਰੂਆਤ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਸੋ ਇਸ ਮੌਕੇ ਉਹਨਾਂ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਡਰ ਕਿਸੇ ਤਰ੍ਹਾਂ ਦਾ ਪੰਜਾਬ 'ਚ ਨਹੀਂ ਹੋਏਗਾ। ਨਾਲੇ ਗੈਂਗਸਟਰਸ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਜੋ ਪਿਛਲੇ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਨੇ ਉਸ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ। ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦੇ ਸ਼ੁਰੂਆਤ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਪੰਜਾਬ ਦੇ ਵਿੱਚ ਡਰਨ ਦੀ ਲੋੜ ਨਹੀਂ ਹੈ। ਨਾਲੇ ਕਾਨੂੰਨ ਵਿਵਸਥਾ ਅਤੇ ਗੈਂਗਸਟਰਸ ਨੂੰ ਲੈ ਕੇ ਜਦੋਂ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਗੈਂਗਸਟਰਸ ਨੂੰ ਹੁਣ ਸਮਝਣਾ ਹੋਏਗਾ ਅਤੇ ਨਹੀਂ ਤਾਂ ਸਮਝਾ ਦਿੱਤਾ ਜਾਏਗਾ। No major strikes, etc. One of the worries. ਸੋ ਬਿਲਕੁਲ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਅਤੇ ਕਈ ਨਿਵੇਸ਼ਕ ਉੱਥੇ ਪਹੁੰਚੇ ਨੇ। ਅਨਮੋਲ ਸਿੰਘ ਗੁਲਾਟੀ ਸਾਡੇ ਪੱਤਰਕਾਰ ਵੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਵੀ ਜਾਇਜ਼ਾ ਲਿਆ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਲੋਕ ਉੱਥੇ ਪਹੁੰਚ ਰਹੇ ਨੇ, ਕਿਹੜੀਆਂ ਕੰਪਨੀਆਂ ਨੇ ਅਤੇ ਕਿਵੇਂ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਸੱਦਾ ਦਿੱਤਾ ਗਿਆ। ਪੰਜਾਬ ਇਨਵੈਸਟਰ ਸਮਿਟ ਇਨਵੈਸਟਮੈਂਟ ਸਮਿਟ ਜਿਹੜੀ ਕਿ ਪੰਜਾਬ ਦੇ ਵਿੱਚ ਨਿਵੇਸ਼ਕਾਂ ਨੂੰ ਬੁਲਾਉਣ ਦੇ ਲਈ ਇੱਕ ਸਮਿਟ ਕਰਾਈ ਗਈ ਹੈ ਜਿੱਥੇ ਕਿ ਬਾਹਰ ਤੋਂ ਨਿਵੇਸ਼ਕ ਆ ਕੇ ਪੰਜਾਬ ਦੇ ਵਿੱਚ ਨਿਵੇਸ਼ ਕਰਨਗੇ। ਹਾਲਾਂਕਿ ਪੰਜਾਬ ਦੀ ਵਿੱਤੀ ਹਾਲਤ ਇਸ ਵੇਲੇ ਬਿਲਕੁਲ ਖਰਾਬ ਹੋ ਚੁੱਕੀ ਹੈ, ਇਕਨੋਮਿਕ ਸਿਚੁਏਸ਼ਨ ਕਾਫੀ ਡਾਮਾਡੋਲ ਨਜ਼ਰ ਆ ਰਹੀ ਹੈ, ਲੇਕਿਨ ਉਹਨੂੰ ਸੁਧਾਰਨ ਦੇ ਲਈ ਇੱਕ ਜਿਹੜਾ ਕੀ ਹੈ ਸ਼ਾਇਦ ਆਸ਼ਾ ਦੀ ਕਿਰਨ ਨਜ਼ਰ ਆ ਰਹੀ ਹੈ, ਉਹ ਇੱਕ ਇਹ ਇਨਵੈਸਟਮੈਂਟ ਸਮਿਟ ਜਿੱਥੇ ਕਿ ਬਾਹਰ ਤੋਂ ਪੰਜਾਬ ਦੇ ਵਿੱਚ ਲੋਕ ਆ ਕੇ ਇਨਵੈਸਟ ਕਰਨਗੇ। ਲੋਕਾਂ ਨੂੰ ਦੱਸਿਆ ਜਾਏਗਾ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਈਜ਼ ਆਫ ਬਿਜ਼ਨਸ ਨੂੰ, ਈਜ਼ ਆਫ ਡੂਇੰਗ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾ ਰਿਹਾ। ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਇੱਥੇ ਕਾਫੀ ਸਟਾਲਸ ਲੱਗੇ ਹੋਏ ਨੇ, ਇਹ ਉਹ ਸਟਾਲਸ ਨੇ ਜਿਹੜੇ ਕਿ ਕਿਤੇ ਨਾ ਕਿਤੇ ਪੰਜਾਬ 'ਚ ਜਾਂ ਇਨਵੈਸਟ ਕਰ ਚੁੱਕੇ ਨੇ ਜਾਂ ਫਿਰ ਇਨਵੈਸਟ ਕਰਨ ਵਾਲੇ ਨੇ। ਸਭ ਆਪਣੇ ਆਪਣੇ ਆਈਟਮਸ ਨੂੰ ਡਿਸਪਲੇ ਕਰ ਰਹੇ ਨੇ ਕਿ ਕੁਛ ਇਹਨਾਂ ਦੇ ਪ੍ਰੋਡਕਟਸ ਨੇ। ਇਹਨਾਂ ਦੇ ਵਿੱਚ ਕਾਫੀ ਵੱਡੇ ਵੱਡੇ ਬ੍ਰਾਂਡਸ ਵੀ ਮੌਜੂਦ ਨੇ ਜਿਵੇਂ ਕਿ ਰਿਪਬਲਿਕ ਮੋਟਰਸ, ਸੋਨਾਲੀਕਾ ਟਰੈਕਟਰਸ, ITC, ਵੱਡੇ ਵੱਡੇ ਇੱਥੇ ਜਿਹੜੇ ਕਿ ਬ੍ਰਾਂਡਸ ਮੌਜੂਦ ਨੇ, ਵੱਡੇ ਵੱਡੇ ਕੰਪਨੀਜ਼ ਮੌਜੂਦ ਨੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਈਜ਼ ਆਫ ਡੂਇੰਗ ਬਿਜ਼ਨਸ 'ਚ ਪੰਜਾਬ ਕਾਫੀ ਅੱਗੇ ਵੱਧਦਾ ਨਜ਼ਰ ਆ ਰਿਹਾ। ਲੋਕਾਂ ਨੂੰ ਪੰਜਾਬ 'ਚ ਜੇ ਨਿਵੇਸ਼ ਕਰਨਾ, ਜੇ ਬਿਜ਼ਨਸ ਕਰਨਾ ਤਾਂ ਕਾਫੀ ਸੌਖਾ ਉਹਨਾਂ ਦੇ ਲਈ ਇੱਕ ਪ੍ਰੋਸੀਜਰ ਪੰਜਾਬ 'ਚ ਬਣਾ ਦਿੱਤਾ ਗਿਆ। ਇੱਕ ਪਾਸੇ ਜਿਹੜੇ ਕਿ ਪੰਜਾਬ ਦੀ ਵਿੱਤੀ ਸਿਚੁਏਸ਼ਨ ਖਰਾਬ ਹੈ ਉਸ ਨੂੰ ਹੈਂਡਲ ਕਰਨ ਲਈ ਇਹ ਚੀਜ਼ ਕੀਤੀ ਜਾ ਰਹੀ ਹੈ, ਤਾਂ ਦੂਜੀ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਜਿਹੜੀ ਕਿ ਇਨਵੈਸਟਰ ਸਮਿਟ ਬੁਲਾਈ ਗਈ ਹੈ ਉਹਦੇ ਵਿੱਚ ਖਾਸ ਤੌਰ 'ਤੇ ਯੰਗ ਅੰਤਰਪ੍ਰਨਿਓਰਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਯਾਨੀ ਕਿ ਯੰਗ ਅੰਤਰਪ੍ਰਨਿਓਰਸ ਜਿਹੜੇ ਕਿ ਨੇ ਜਿਨ੍ਹਾਂ ਦੇ ਹੁਣੇ ਸਟਾਰਟਅਪ ਕੀਤੇ ਨੇ ਜਾਂ ਫਿਰ ਸਟਾਰਟਅਪ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦੱਸਿਆ ਜਾਊਗਾ ਕਿ ਪੰਜਾਬ ਦੇ ਵਿੱਚ ਨਿਵੇਸ਼ ਕਰਨਾ ਕਿੰਨਾ ਕੁ ਸੌਖਾ ਹੈ, ਪੰਜਾਬ ਦੇ ਵਿੱਚ ਇਨਵੈਸਟ ਕਰਨਾ ਜਾਂ ਈਜ਼ ਆਫ ਡੂਇੰਗ ਬਿਜ਼ਨਸ 'ਚ ਪੰਜਾਬ ਕਿੰਨਾ ਕੁ ਅੱਗੇ ਪਹੁੰਚ ਚੁੱਕਿਆ ਹੈ। ਅਤੇ ਕਾਫੀ ਜਿਹੜੀ ਕਿ ਇਹੋ ਜਿਹੀ ਚੀਜ਼ਾਂ ਨੇ ਜਿਹੜੀ ਕਿ ਸਮਿਟ ਦੇ ਦੌਰਾਨ ਕੀਤੀ ਜਾਣਗੀਆਂ। ਇਨੋਗਰੇਸ਼ਨ ਅੱਜ ਸਮਿਟ ਦੀ ਹੋ ਚੁੱਕੀ ਹੈ ਅਤੇ ਕੁਛ ਹੀ ਦੇਰ ਬਾਅਦ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚਣਗੇ ਅਤੇ ਇੱਥੇ ਆ ਕੇ ਡਿਸਕਸ਼ਨ ਦਾ ਹਿੱਸਾ ਬਣਨਗੇ। ਡਿਸਕਸ਼ਨ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਉਹਦੇ ਬਾਰ ਦੇ ਉਹਦੇ ਬਾਰੇ ਦੱਸਣਗੇ ਅਤੇ ਨਾਲ ਦੇ ਨਾਲ ਹੋਰ ਵੀ ਇਨਵੈਸਟਰਸ ਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਵਿੱਚ ਬੁਲਾਇਆ ਜਾਵੇ, ਨਿਵੇਸ਼ ਪੰਜਾਬ 'ਚ ਕਿਸ ਤਰੀਕੇ ਦੇ ਨਾਲ ਲਾਇਆ ਜਾਵੇ ਅਤੇ ਯੰਗ ਅੰਤਰਪ੍ਰਨਿਓਰਸ। ਖਾਸ ਗੱਲ ਇਹ ਹੈ ਕਿ ਦੋ ਦਿਨ ਦਾ ਇਨਵੈਸਟਰ ਸਮਿਟ ਹੈ ਅਤੇ ਆਜ ਦੀ ਜਿਹੜੀ ਇਨਵੈਸਟਰ ਸਮਿਟ ਹੈ ਇਹਦਾ ਖਾਸਾ ਧਿਆਨ ਰਹੇਗਾ ਯੰਗ ਅੰਤਰਪ੍ਰਨਿਓਰਸ 'ਤੇ। ਯੰਗ ਜਿਹੜੇ ਕਿ ਅੰਤਰਪ੍ਰਨਿਓਰਸ ਨੇ ਸਟਾਰਟਅਪ ਕਰਨਾ ਚਾਹੁੰਦੇ ਨੇ ਜਾਂ ਫਿਰ ਕਰ ਚੁੱਕੇ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦਾ ਅਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਸ ਬਿਜ਼ਨਸ ਨੂੰ ਈਜ਼ੀਲੀ ਰਨ ਕੀਤਾ ਜਾ ਸਕਦਾ ਹੈ।
हुण वेखण वाली गल होवेगी कि इस इन्वेस्टमेंट समिट तो बाद पंजाब दी वित्तीय हालत जिहड़ी कि इकनोमिक क्राइसिस पंजाब दे विच आ चुकिया है वह किन्ना कु सुधरदा है, पंजाब दे विच किन्नी कु इन्वेस्टमेंट आती है। हालांकि इस इन्वेस्टमेंट समिट नूं ऑर्गनाइज़ करन दे उत्ते पंजाब सरकार द्वारा खासा एक फंड अलॉट किया गया, खर्चा किया गया, लेकिन इस खर्चे का पंजाब सरकार नूं किन्ना कु फायदा मिलता है वो इस इन्वेस्टमेंट समिट तो बाद पता चलेगा। जदों MOU सारे साइन हो जाएंगे तो उस तो बाद फाइनलाइज करके कैलकुलेट किया जाऊगा किस तरीके दे नाल पंजाब दे विच इन दो दिनों दे विच किन्नी कु इन्वेस्टमेंट आई। कैमरामैन अजय पाल दे नाल अनमोल सिंह गुलाटी, लिविंग इंडिया न्यूज़ मोहाली। सो बिल्कुल अज तो शुरुआत जी हो चुकी है, पर मुख्यमंत्री कैप्टन अमरिंदर सिंह ने की कुछ किया इस मौके वह भी थानू सुनवा दें। No major strikes, etc. But one of the worries which we did find that people talk about is gundaism and gangsterism in Punjab. And, you know, if you're going to invest here, you have to worry, do you need extra security? What about that? How are you handling that? No, that is something that is at the top of my agenda. We don't allow anything like this to happen. For instance, nearly 1,200 gundas are in jail. The truck unions, which were a source truck of gundaism, that we've abolished. Abolished the union? Abolished them. Weapons have been confiscated. They used to blackmail industrialists, right? The truck unions. Absolutely. I mean, coming from, let's say, Dera Basi to Chandigarh, they were charged 1,000 rupees, and going from Chandigarh to Dera Basi, 5,000 rupees. I mean, these sort of things they were doing because they had the muscle. And then we removed that muscle. So, from these point of views, we are doing from our side, we are not allowing anything at all. The police is very active. It's a clear-cut instructions. If any gunda comes with a weapon, he lays it down. If he doesn't lay it down, then he faces the consequences. There's nothing else. So, what's the phrase in Punjabi? Bande bano nahi ta phir tonu sidhe kar dange. Everything sounds better in Punjabi, actually. No, but apart from one of the repercussions of gangsterism has been security for women, safety, yeah. Women's safety. And everybody here is worried about that because people are employing women more and more. They're better than men, by and large, right? I think so. I was talking to my friend yesterday only, and I was mentioning, I think that the women, the performance, I was asking how are they doing, and they are all doing very well. They take the loans and they repay them on time and everything is on time, so they are very happy with that. But what about women's safety then? See, women, we have allowed women to come work night shifts and whatever else, and we have also now put in this new factor that the police, we've given police numbers, and anybody, any woman who feels insecure and wants a lift home or something, she calls that number and a policeman will come and pick her up and go and drop her home. Wow, and that's after 9 at night? Yeah, anytime, 24 hours. Any woman in Punjab, 24 after hours. 9 and up to 6 in the 24 morning? 24 hours, whatever time she wants. Suppose at 2 o'clock in the morning, she's working night shift and she's not well or something, right. And she wants to go. She calls the number and somebody will come. सो पंजाब के मुख्यमंत्री कैप्टन अमरिंदर सिंह कह रहे हैं कि गैंगस्टर्स नूं खत्म किया जाएगा, बंदे बन जाओ नहीं तो बना दिता जाएगा, तो दूजे पासे महिला सुरक्षा नूं लैके भी उन्होंने सवाल के जवाब दिए।